ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ نیوز ਚੈਨਲ ਤੇ ਮੈਂ ਹਾਂ ਤਸੀਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਸਵੇਰ ਦੀਆਂ ਤਾਜ਼ਾ ਤਰੀਨਾ ਵੱਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲੇ ਇੱਕ ਵਾਰੀ ਨਜ਼ਰ ਮਾਰਦੇ ਹਾਂ ਝੋਣਵੀਂਆਂ ਖਬਰਾਂ ਤੇ ਪਹਿਲੀ ਝੋਣਵੀਂ ਖਬਰ ਹੈ ਕਿ ਅਗਨੀ ਪਥ ਜੋ ਨਾ ਕੇਂਦਰ ਸਰਕਾਰ ਦਾ ਵੱਡਾ ਫੈਸਲਾ ਇਸ ਸਾਲ ਭਾਰਤੀ ਦੀ ਉਮਰ ਕੀਤੀ 23 ਸਾਲ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਝਟਕਾ ਸ਼ਾਮਲਾ ਜ਼ਮੀਨ ਤੇ ਕਾਰਜ ਦੇ ਨੂੰ ਲੈ ਕੇ ਮਿਲਿਆ ਸਟੇ ਪ੍ਰਸ਼ਾਸਨਤਾ ਵੱਲੋਂ ਦਿੱਲੀ ਸਟੇਟ ਅਰਛੇਤੀ ਹੋਵੇਗੀ ਕਾਰਵਾਈ ਸੀਐਮ ਮਾਨ ਪੰਜਾਬੀ ਵਿਦਿਆਰਥੀ ਕਟਿਲੈ 2022 ਤੋਂ ਨਿਊਜ਼ੀਲੈਂਡ ਦੀ ਯਾਤਰਾ ਕਰਨ ਦੇ ਯੋਗ ਨਿਤਿਨ ਗੜਕਰੀ ਦਾ ਐਲਾਨ ਸੜਕ ਤੇ ਖੜੀ ਗੱਡੀ ਦੀ ਫੋਟੋ ਭੇਜਣ ਵਾਲੇ ਨੂੰ ਮਿਲੇਗਾ ਇਨਾਮ ਮਾਲਕ ਨੂੰ ਲੱਗੇਗਾ ਜੁਰਮਾਨਾ ਬਿਨਾ ਵਿਆਹ ਤੋਂ ਪੈਦਾ ਹੋਏ ਬੱਚੇ ਵੀ ਪਰਿਵਾਰਕ ਜਾਇਦਾਦ ਲੈਣ ਦੇ ਹੱਕ ਦਾ ਸੁਪਰੀਮ ਕੋਰਟ ਨੇ ਸੁਣਾਇਆ ਐਫਐਮ ਫੈਸਲਾ ਰਿਮਾਰਡ ਮੈਨ ਲਗਰੋ ਪੰਜਾਬ ਪੋਸਟ ਤੋਂ ਕਬਰਾਇ ਲਾਰਸ ਨੇ ਕਿਹਾ ਮਾਰਿਓ ਨਾ ਮੈਂ ਤੁਹਾਨੂੰ ਸਭ ਕੁਝ ਦੱਸਾਂਗਾ ਪਾਤ ਵਿੱਚ ਕਰੋਨਾ ਮਾਮਲਿਆਂ 'ਚ ਵੱਡਾ ਅਵਸ਼ਾਲ 24 ਘੰਟਿਆਂ 'ਚ 12213 ਨਵੇਂ ਮਾਮਲੇ 58000 ਤੋਂ ਵੱਧ ਐਕਟਿਵ ਮਰੀਜ਼ਾਂ ਕਾਂਗਰਸ ਦੇ 3 ਲੀਟਰ ਵਿਜੀਲੈਂਸ ਦੇ ਨਿਸ਼ਾਨੇ ਤੇ ਕੈਪਟਨ ਰਾਜਵੈਲ ਹੋਈਆਂ ਬੇਨਿਜ਼ਮੀਆਂ ਦੀ ਹੋ ਰਹੀ ਪੜਤਾਲ ਸ਼ਸ਼ਤੀ ਸਰਾਬ ਪੰਜਾਬ ਚ ਹਮਾਇਲਿਆ ਪੈਸ ਪਰਮਿਟ ਦੀ ਫੀਸ ਹੋਵੇਗੀ 1000 ਰੁਪਏ ਠੇਕੇ ਖੋਲਣ ਦਾ ਸਮਾਂ ਵੀ ਵਧਿਆ ਮੌਸਮ ਪਾਕ ਹੋ ਲੋ ਪੰਜਾਬ ਦੇ ਕਈ ਜ਼ਿਲ੍ਹੇ ਚ ਪਾਰੀ ਮੀਂਹ ਦੀ ਚੇਤਾਵਨੀ ਜੀਓ ਨੇ ਗਾਕਾਂ ਦਿੱਤਾ ਝਟਕਾ 20% ਤੱਕ ਮਹਿੰਗੇ ਕੀਤੇ ਪਲਾਨ ਜਾਣੋ ਨਵੀਆਂ ਕੀਮਤਾਂ ਤਾਂ ਦੋਸਤੋ ਜੀ ਅਪਣੀ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲਬਾਤ ਕਰਦੇ ਜੀ ਇਹਨਾਂ ਖਬਰਾਂ ਦੀ ਵਿਸਥਾਰ ਨਾਲ ਪਹਿਲੀ ਖਬਰ ਹੈ ਕਿ ਅਗਨੀ ਪਾਥੀ ਯੋਜਨਾ ਕੇਂਦਰ ਸਰਕਾਰ ਦਾ ਵੱਡਾ ਫੈਸਲਾ ਸੈਰ ਪਾਰਟੀ ਦੀ ਉਮਰ ਕੀਤੀ 23 ਸਾਲ ਕੇਂਦਰ ਸਰਕਾਰ ਨੇ 2 ਸਾਲਾਂ ਤੋਂ ਕਰੋਨਾ ਕਾਰਨ ਫੌਜ ਵਿੱਚ ਭਰਤੀ ਨਾ ਹੋਣ ਕਾਰਨ ਉਮਰ ਪਾਰ ਕਰ ਚੁੱਕੇ ਨੌਜਵਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਅਜਿਹੇ ਚ ਨੌਜਵਾਨ ਹੁਣ ਅਗਨੀ ਪਾਥੀ ਭਰਤੀ ਯੋਜਨਾ ਤਹਿਤ ਫੌਜ ਵਿੱਚ ਭਰਤੀ ਹੋ ਸਕਣਗੇ 10 ਸਾਲ ਸਰਕਾਰ ਨੇ ਇਸ ਸਕੀਮ ਤਹਿਤ ਉਮੀਦਵਾਰਾਂ ਦੀ ਉਮਰ ਸੀਮਾ 21 ਸਾਲ ਤੋਂ ਵਧਾ ਕੇ 23 ਸਾਲ ਕਰ ਦਿੱਤੀ ਹੈ ਹੁਣ ਤੱਕ ਸਰਕਾਰ ਨੇ ਭਰਤੀ ਲਈ ਉਮਰ 7.5 ਸਾਲ ਤੋਂ 21 ਸਾਲ ਤੱਕ ਕੀਤੀ ਸੀ ਹਾਲਾਂਕਿ ਸਰਕਾਰ ਨੇ ਉਮਰ ਦੀ ਐਸੀਐਮਾ ਸਿਰਫ ਇਸ ਸਾਲ ਲਈ ਹੀ ਵਧਾਈ ਹੈ ਪਤਾ ਲੱਗਾ ਕਿ ਪਿਛਲੇ 2 ਸਾਲਾਂ ਤੋਂ ਫੌਜ ਵਿੱਚ ਕੋਈ ਭਰਤੀ ਨਹੀਂ ਹੋਈ ਸੀ ਇਸ ਲਈ ਸਰਕਾਰ ਨੇ ਅਗਨੀਪਾਸ ਸਕੀਮ ਤਹਿਤ ਫੌਜ ਵਿੱਚ ਭਰਤੀ ਦੀ ਤਿਆਰੀ ਕਰ ਰਹੀ 23 ਸਾਲ ਤੱਕ ਦੇ ਨੌਜਵਾਨਾਂ ਨੂੰ ਇਹ ਮੌਕਾ ਜਿਹੜਾ ਦਿੱਤਾ ਹੈ ਹਾਈਕਟ ਵੱਲੋਂ ਪੰਜਾਬ ਸਰਕਾਰ ਨੂੰ ਝਟਕਾ ਸ਼ਾਮਲਰ ਜ਼ਮੀਨ ਤੇ ਕਾਰਜੋ ਲੈ ਕੇ ਮਿਲਿਆ ਸਤੇ ਮੋਲਾਪੁਰ ਸਮੇਤ ਮਹਾਲੇ ਜ਼ਿਲ੍ਹੇ ਦੇ 7 ਪਿੰਡਾਂ ਦੇ 1000 ਪਰਿਵਾਰ ਉੱਪਰ ਉਜੜਨ ਦੀ ਤਲਵਾਰ ਲਟਕ ਰਹੀ ਸੀ ਇਹ ਪਰਿਵਾਰ 110 ਸਾਲਾਂ ਤੋਂ ਖੇਤੀਕਾਰ ਰਹੇ ਸਨ ਅਦਾਲਤ ਵਿੱਚ ਕੇਸ ਹੋਣ ਦੇ ਬਾਵਜੂਦ ਏਡੀਸੀ ਮਹਾਲੇ ਵੱਲੋਂ ਦਿੱਤੇ ਜਾ ਰਹੇ ਨੋਟਿਸ ਖਿਲਾਫ ਉਹਨਾਂ ਨੂੰ ਹੁਣ ਸਟੇ ਮਿਲ ਗਿਆ ਸ਼ਾਮਲਾ ਜ਼ਮੀਨ ਉੱਤੇ ਕਾਰਜੂਨ ਲੈ ਕੇ ਕਿਸਾਨਾਂ ਨੇ ਪੰਚਾਇਤ ਵਿਭਾਗ ਦੇ ਵਿਰੁੱਧ ਮੋਰਚਾ ਖੋਲਾ ਹੋਇਆ ਸੀ ਜੋ ਕਿ ਸਫਲ ਹੋ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਸੰਘਰਸ਼ ਅੱਗੇ ਵੀ ਜਾਰੀ ਰਹੇਗਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਡਬਲ ਬੈਚ ਜਿਸ ਵਿੱਚ ਜਸਟਿਸ ਗੁਰਮੀਤ ਸਿੰਘ ਸਾਦਾਵਾਲੀਆ ਤੇ ਜਸਜੀਤ ਬੇਦੀ ਨੇ ਪੀੜਤ ਪਰਿਵਾਰਾਂ ਨੂੰ ਸਟੇ ਦੇ ਦਿੱਤਾ ਹੈ ਪੰਕਜ ਭਾਰਦਵਾ ਸਿਨੀਅਰ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਇਲਾਕੇ ਦੇ ਸਮੂੱਚੇ ਲੋਕ ਭਗਵੰਤ ਮਾਨ ਦੀ ਗਵਾਈ ਹੇਠ ਸਰਕਾਰ ਦੀ ਇਸ ਲਾਪਰਵਾਹੀ ਵਾਲੀ ਕਾਰਵਾਈ ਦਾ ਸਖਤ ਵਿਰੋਧ ਕਰ ਰਹੇ ਸਨ ਕੱਲ ਹਾਈ ਕੋਰਟ ਤੋਂ ਸਟੇ ਮਿਲਦੇ ਹੀ ਉਹਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪ੍ਰਿਸ਼ਠੀ ਨੇਤਾਵਾਂ ਦੀ ਲਿਸਟ ਤਿਆਰ ਛੇਤੀ ਹੋਵੇਗੀ ਕਾਰਵਾਈ ਸੀਐਮ ਮਾਨ ਸੰਗਰੂਰ ਲੋਕ ਸਭਾ ਸੀਟ ਦੀ ਜਮਨੀ ਚੋਣ ਲਈ ਆਪ ਉਮੀਦਵਾਰ ਗਰਮੇਲ ਸਿੰਘ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਸੀਐਮ ਭਗਵੰਤ ਮਾਨ ਵੀਰਵਾਰ ਨੂੰ ਬਰਨਾਲਾ ਦੇ ਪਧੌਰ ਪੁੱਜੇ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਜੇਹੇ ਭ੍ਰਿਸ਼ਟ ਨੇਤਾਵਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਨੇ ਆਪਣਾ ਖਜ਼ਾਨਾ ਭਰਲੇ ਸੂਬੇ ਨੂੰ ਲੁੱਟਿਆ ਹੈ ਇਸ ਦੌਰਾਨ ਉਨ੍ਹਾਂ ਲੋਕਾਂ ਦੱਸਿਆ ਕਿ ਸਰਕਾਰ ਨੇ ਅਜੇਹੇ ਭ੍ਰਿਸ਼ਟ ਆਗੂਆਂ ਦੀ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਨੇ ਸਿਰਫ ਆਪਣਾ ਖਜ਼ਾਨਾ ਭਰਿਆ ਉਨ੍ਹਾਂ ਕਿਹਾ ਕਿ ਅਸੀਂ ਕਈ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤੇ ਤੇ ਕੁਝ ਲੋਕ ਆਪਣੀ ਵਾਰੀ ਦੀ ਉਡੀਕ ਕਰ ਰਹੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਅਜਿਹੇ ਲੋਕਾਂ ਵਿਰੁੱਧ ਅਜੇ ਹੀ ਸਖਤ ਕਾਨੂੰਨ ਉਠਾਵਾਂਗੇ ਜੋ ਉਠਾਵਾਂਗੇ ਕਿ ਉਹਨਾਂ ਨੂੰ ਜ਼ਮਾਨਤ ਨਾ ਮਿਲ ਸਕੇ ਅਜਿਹੇ ਪਿਛਲੇ ਲੋਕਾਂ ਨੇ ਤੁਹਾਡੇ ਟੈਕਸ ਦਾ ਪੈਸਾ ਖਾਦਾ ਹੈ ਅਸੀਂ ਉਹਨਾਂ ਨੂੰ ਵਾਪਸ ਲਾਵਾਂਗੇ ਤੇ ਤੁਹਾਡੇ ਇਹ ਤੁਹਾਡੇ ਤੇ ਖਰਚ ਕੀਤਾ ਜਾਵੇਗਾ ਮੈਨੂੰ ਬਸ ਕੁਝ ਸਮਾਂ ਚਾਹੀਦਾ ਹੈ ਪੰਜਾਬੀ ਵਿਦਿਆਰਥੀ ਕਟਿਲਾਈ 2022 ਤੋਂ ਨਿਊਜ਼ੀਲੈਂਡ ਦੀ ਯਾਤਰਾ ਕਰਨ ਦੇ ਯੋਗ ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਬਾਰਡਰ ਖੋਲਣ ਦਾ ਫੈਸਲਾ ਕੀਤਾ ਹੈ ਆਉਣ ਵਾਲੀ 31 ਜੁਲਾਈ ਤੋਂ ਨਿਊਜ਼ੀਲੈਂਡ ਪੜ੍ਹਾਈ ਦਾ ਸੁਪਨਾ ਵੇਖ ਰਹੇ ਵਿਦਿਆਰਥੀ ਆਪਣੇ ਇਸ ਸੁਪਨੇ ਨੂੰ ਪੂਰਾ ਕਰ ਸਕਦੇ ਨੇ ਤੁਹਾਨੂੰ ਦੱਸਦੇ ਕਿ ਨਿਊਜ਼ੀਲੈਂਡ ਮਹਿਜ ਬਾਰਡਰ ਹੀ ਨਹੀਂ ਖੋਲਣ ਜਾ ਰਿਹਾ ਸਗੋਂ ਸਿੱਖਿਆ ਦੇ ਜਰੀਏ ਦੇ ਨਿਵਾਸ ਦੇ ਵੱਖ-ਵੱਖ ਰਸਤੇ ਵੀ ਖੋਲਣ ਜਾ ਰਿਹਾ ਹੈ ਲੀਗਲ ਐਸੋਸੀਏਟਸ ਦੇ ਇਮੀਗ੍ਰੇਸ਼ਨ ਵਕੀਲ ਰਾਜ ਪ੍ਰਦੀਪ ਸਿੰਘ ਨਾਲ ਗੱਲਬਾਤ ਕਰਦੇ ਉਹਨਾਂ ਨੇ ਵਿਦਿਆਰਥੀਆਂ ਲਈ ਅਹਿਮ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਆਪਣੀ ਕਾਬਲੀਅਤ ਦੀ ਯੋਗਤਾ ਅਨੁਸਾਰ ਪੜਾਈ ਚੁਣਨੀ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਇੱਕ ਵਾਰ ਜਦੋਂ ਤੁਹਾਨੂੰ ਆਫਰ ਲੈਟਰ ਆ ਜਾਂਦਾ ਹੈ ਤਾਂ ਸਾਰੇ ਜ਼ਰੂਰੀ ਦਸਤਾਵੇਜ਼ ਦੇਣੇ ਅਤੀ ਲਾਜ਼ਮੀ ਹਨ ਉਹ ਵੀ ਨਿਊਜ਼ੀਲੈਂਡ ਦੇ ਵਿਦਿਗਤਾਰੇ ਦੇ ਮਾਪਦੰਡਾਂ ਮੁਤਾਬਕ ਜਿਸ ਵਿੱਚ ਉਹਨਾਂ ਦੇ ਲੀਗਲ ਐਸੋਸੀਏਟਸ ਵਿਦਿਆਰਥੀਆਂ ਨੇ ਬਾਹਰ ਜਾਣ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਨਿਤਨ ਗੜਕਰੀ ਦਾ ਐਲਾਨ ਸ਼ਰਕਤੇ ਖੜੀ ਗੱਡੀ ਦੀ ਫੋਟੋ ਭੇਜਣ ਵਾਲੇ ਨੂੰ ਮਿਲੇਗਾ ਇਨਾਮ ਮਾਲਕ ਨੂੰ ਲੱਗੇਗਾ ਜੁਰਮਾਨਾ ਜੇਕਰ ਕੋਈ ਵਿਅਕਤੀ ਸੜਕ ਤੇ ਗੱਧ ਤਰੀਕੇ ਨਾਲ پارک ਕੀਤੇ ਵਾਹਨ ਦੀ ਫੋਟੋ ਭੇਜਦਾ ਤਾਂ ਉਸ ਨੂੰ 500 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਸਰਕਾਰ ਜਲਦੀ ਹੀ ਅਜਿਹਾ ਕਾਨੂੰਨ ਲਿਆਉਣ ਜਾ ਰਹੀ ਹੈ ਜਿਸ ਵਿੱਚ ਗਲਤ ਪਾਰਕਿੰਗ ਕਰਨ ਵਾਲੇ ਵਾਹਨ ਮਾਲਕਾਂ ਨੂੰ 1000 ਰੁਪਏ ਜੁਰਮਾਨਾ ਭਰਨਾ ਪਵੇਗਾ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਨ ਗੜਕਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ ਦਿੱਲੀ ਚ ਇੱਕ ਸੰਮਾਗਮ ਨੂੰ ਸੰਬੋਧਨ ਕਰਦੇ ਨਿਤਨ ਗੜਕਰੀ ਨੇ ਕਿਹਾ ਕਿ ਉਹ ਸੜਕ ਤੇ ਗਲਤ ਢੰਗ ਨਾਲ ਪਾਰਕ ਕੀਤੇ ਵਾਹਨਾਂ ਦੇ ਰੋਜ਼ਾਨਾ ਨੂੰ ਰੋਕਣ ਲਈ ਕਾਨੂੰਨ ਲਿਆਉਣ ਤੇ ਵਿਚਾਰ ਕਰ ਰਹੇ ਨੇ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਕਿਹਾ ਕਿ ਮੈਂ ਅਜਿਹਾ ਕਾਨੂੰਨ ਲਿਆਉਣ ਜਾ ਰਿਹਾ ਜਿਸ ਵਿੱਚ ਸੜਕ ਤੇ ਗਲਤ ਤਰੀਕੇ ਨਾਲ ਪਾਰਕ ਕਰਨ ਵਾਲੇ ਕਿਸੇ ਵੀ ਵਾਹਨ ਤੇ 1000 ਰੁਪਏ ਜੁਰਮਾਨਾ ਲਗਾਇਆ ਜਾਵੇਗਾ ਅਤੇ ਨਾਲ ਹੀ ਗਲਤ ਪਾਰਕ ਕੀਤੇ ਵਾਹਨ ਦੀ ਤਸਵੀਰ ਲੈ ਕੇ ਭੇਜਨ ਵਾਲੇ ਨੂੰ 500 ਰੁਪਏ ਦਿੱਤੇ ਜਾਣਗੇ। ਬਿਨਾਂ ਵਿਆਹ ਤੋਂ ਪੈਦਾ ਹੋਏ ਬੱਚੇ ਵੀ ਪਰਿਵਾਰਕ ਜਾਇਦਾਦ ਲੈਣ ਦੇ ਹੱਕਦਾਰ ਸਪਨੀਯੂ ਕੋਰਟ ਨੇ ਸੁਣਾਇਆ ਅਹਿਮ ਫੈਸਲਾ। ਕੇਰਲ ਹਾਈ ਕੋਰਟ ਦੇ ਇੱਕ ਹੁਕਮ ਦਾ ਨਿਵਟਾਰਾ ਕਰਦ ਸਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਬਿਨਾਂ ਵਿਆਹ ਤੋਂ ਕੀਤੇ ਲੰਬੇ ਸਮੇਂ ਤੱਕ ਇਕੱਠੇ ਰਹਿਣ ਵਾਲੇ ਜੋੜੇ ਦੇ ਨਾਜਾਇਜ਼ ਬੱਚਿਆਂ ਨੂੰ ਵੀ ਪਰਿਵਾਰਕ ਜਾਇਦਾਦ ਦਾ ਹਿੱਸਾ ਮਿਲ ਸਕਦਾ ਹੈ ਸਿੱਖਣ ਲਈ ਅਦਾਲਤ ਹਾਈ ਕੋਰਟ ਦੇ ਉਸ ਹੁਕਮ ਵਿਰੁੱਧ ਡਾਇਰੈਕਸ਼ਨ ਦੇ ਵਿਚਾਰ ਕਰ ਜਿਸ ਵਿੱਚ ਮੁਦਾਈ ਦੇ ਮਾਪਿਆਂ ਨੇ ਕਿਤੇ ਨਾਜਾਇਜ਼ ਬੱਚੇ ਦੀ ਜਾਇਦਾਦ ਦੇ ਹਿੱਸੇ ਦੇ ਦਾਅਵੇ ਨੂੰ ਇਸ ਆਧਾਰ ਤੇ ਰੱਦ ਕਰ ਦਿੱਤਾ ਸੀ ਕਿ ਉਹ ਵਿਆਹ ਵਿੱਚ ਸ਼ਾਮਲ ਨਹੀਂ ਹੋਏ ਸਨ ਹਾਲਾਂਕਿ ਇਹ ਦੇਖਦੇ ਹੋਏ ਜੋੜਾ ਲੰਬੇ ਸਮੇਂ ਤੋਂ ਇਕੱਠੇ ਰਹਿ ਰਿਹਾ ਸੀ ਸੁਪਰੀਮ ਕੋਰਟ ਨੇ ਦੇਖਿਆ ਕਿ ਉਹਨਾਂ ਦਾ ਰਿਸ਼ਤਾ ਵਿਆਹ ਵਰਗਾ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਭਾਵੇਂ ਦੋਵਾਂ ਦਾ ਵਿਆਹ ਨਹੀਂ ਹੋਇਆ ਪਰ ਦੋਵੇਂ ਲੰਬੇ ਸਮੇਂ ਤੋਂ ਪਤਨੀ ਪਤੀ ਵਜੋਂ ਇਕੱਠੇ ਰਹਿੰਦੇ ਨੇ ਅਜਿਹੀ ਦੇ ਜੇਕਰ ਇਹ ਸਾਬਤ ਹੋ ਜਾਂਦਾ ਕਿ ਬੱਚਾ ਦੋਵਾਂ ਦਾ ਹੈ ਤਾਂ ਪਿਤਾ ਦੀ ਜਾਇਦਾਦ ਤੇ ਬੱਚੇ ਦਾ ਪੂਰਾ ਪੂਰਾ ਹੱਕ ਹੈ ਰਿਮਾਰਮੈਲ ਮਕਰ ਪੰਜਾਬ ਉਸ ਤੋਂ ਕਬਰਾਏ ਲਾਰਸ ਨੇ ਕਿਹਾ ਮਾਰੇ ਉਹਨਾਂ ਮੈਂ ਤੁਹਾਨੂੰ ਸਭ ਕੁਝ ਦੱਸਾਂਗਾ ਪੰਜਾਬੀ ਗਏ ਕਿ ਸਿੰਧੂ ਮੂਸੇਵਾਲਾ ਦੇ ਕਤਲकांड ਮਾਮਲੇ ਵਿੱਚ ਗੈਸਟਰ ਲਾਰੈਂਸ ਬਸ਼ਨੋਈ ਪੰਜਾਬ ਪੁਲਿਸ ਕੋਲ 7 ਦਿਨਾਂ ਦੇ ਰਿਮਾਂਡ ਤੇ ਹੈ ਜਿੱਥੇ ਲਾਰੈਂਸ ਨੂੰ ਪੰਜਾਬ ਲਿਆ ਕੇ ਇਸ ਕਤਲकांड ਬਾਰੇ ਪੁੱਛਗਿੱਛ ਕੀਤੀ ਜਾ ਰਹੀ ਸੂਤਰਾਂ ਅਨੁਸਾਰ 1 ਦਿਨ ਦੀ ਰਿਮਾਂਡ ਮਿਲਣ ਮਗਰੋਂ ਜਦੋਂ ਲਾਰੈਂਸ ਨੂੰ ਦਿੱਲੀ ਤੋਂ ਪੰਜਾਬ ਲਿਆਂਦਾ ਗਿਆ ਤਾਂ ਉਹ ਬਹੁਤ ਡਰਿਆ ਤੇ ਸਹਿਮਿਆ ਹੋਇਆ ਸੀ ਉਸ ਦਾ ਚਿਹਰਾ 마ਸਕ ਨਾਲ ਢਕਿਆ ਹੋਇਆ ਸੀ ਉਹ ਵਾਰ-ਵਾਰ ਪੁਲਿਸ ਮੁਲਾਜ਼ਮਾਂ ਨੂੰ 마ਸਕ ਉਤਾਰਨ ਲਈ ਕਹਿ ਰਿਹਾ ਸੀ ਪਰ ਪੁਲਿਸ ਦੀਆਂ ਹਦਾਇਤਾਂ ਤੇ ਮੁਲਾਜ਼ਮਾਂ ਨੇ ਉਸ ਦੇ ਚਿਹਰੇ ਤੋਂ 마ਸਕ ਨਹੀਂ ਉਤਾਰਿਆ ਪੁਲਿਸਪਾਕ ਦੇ ਉੱਚ ਅਧਿਕਾਰ ਉੱਚ ਪੱਧਰੀ ਸੂਤਰਾਂ ਅਨੁਸਾਰ ਉਹ ਪੂਰੀ ਤਰ੍ਹਾਂ ਡਰਿਆ ਹੋਇਆ ਸੀ ਅਤੇ ਉਹ 마ਸਕ ਉਤਾਰਨ ਦੀ ਜिद ਕਰਦਾ ਰਿਹਾ ਜਦੋਂ ਉਹ ਰਾਤ ਦੇ ਖਾਣੇ ਲਈ ਰੁਕਿਆ ਤਾਂ ਤਾਂ ਵਿਯੋਗ ਕਬਰ ਆ ਗਿਆ ਉਹ ਪੁਲਿਸ ਅੱਗੇ ਤਰਲੇ ਪਾਉਂਦਾ ਹੋਇਆ ਕਹਿ ਰਿਹਾ ਸੀ ਕਿ ਮੈਨੂੰ ਮਾਰੋ ਨਾ ਮੈਂ ਤੁਹਾਨੂੰ ਸਭ ਕੁਝ ਦੱਸਾਂਗਾ ਦਾਦੇ ਕੇ ਬਿਸ਼ਨੋਈ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਵਾਲੀ ਟੀਮ ਦੇ ਇੱਕ ਮੈਂਬਰ ਨੇ ਦੱਸਿਆ ਕਿ ਜਦੋਂ ਲਾਰੈਂਸ ਨੂੰ ਪੰਜਾਬ ਲਿਆਣ ਦਾ ਜਾ ਰਿਹਾ ਸੀ ਤਾਂ ਉਹ ਵੀ ਉਹਨਾਂ ਨੂੰ ਵਾਰ-ਵਾਰ ਕਹਿ ਰਿਹਾ ਸੀ ਕਿ ਤੁਸੀਂ ਮੈਨੂੰ ਜੋ ਵੀ ਪੁੱਛੋ ਕਿ ਮੈਂ ਤੁਹਾਨੂੰ ਸੱਚਾ ਦੱਸਾਂਗਾ ਮੈਨੂੰ ਮਾਰਿਓ ਨਾ ਭਾਰਤ ਵਿੱਚ ਕਰੋਨਾ ਮਾਮਲਿਆਂ 'ਚ ਵੱਡਾ ਉਛਾਲ 24 ਘੰਟਿਆਂ 'ਚ 12213 ਨਵੇਂ ਮਾਮਲੇ 58000 ਤੋਂ ਵੱਧ ਐਕਟਿਵ ਕੇਸ ਆ। ਭਾਰਤ ਵਿੱਚ ਕਰੋਨਾ ਦੇ ਮਾਮਲਿਆਂ 'ਚ ਵੱਡਾ ਉਛਾਲ ਆਇਆ ਜੀ ਪਿਛਲੇ 24 ਘੰਟਿਆਂ 'ਚ ਕਰੋਨਾ ਦੇ 12000 ਤੋਂ ਵੱਧ ਮਾਮਲੇ ਸਾਹਮਣੇ ਆਏ ਨੇ ਸਿਹਤ ਮੰਤਰੀ ਆਦਿ ਨੇ ਦੱਸਿਆ ਕਿ ਕਰੋਨਾ ਦੇ 12213 ਨਵੇਂ ਮਾਮਲੇ ਸਾਹਮਣੇ ਆਏ ਨੇ ਜਦੋਂ ਕਿ ਬੁੱਧਵਾਰ ਨੂੰ 8822 ਨਵੇਂ ਮਾਮਲੇ ਸਾਹਮਣੇ ਆਏ ਸਨ ਮੰਤਰੀ ਨੇ ਕਿਹਾ ਕਿ ਇਸ ਦੌਰਾਨ 11 ਲੋਕਾਂ ਦੀ ਮੌਤ ਵੀ ਹੋਈ ਹੈ। कोरोना ਦੇ ਲਗਾਤਾਰ ਵੱਧ ਰਹੇ ਐਕਟਿਵ ਕੇਸ ਦਮਾਰ ਨੂੰ ਵਧਾ ਰਹੇ ਨੇ ਰਿਪੋਰਟ ਮੁਤਾਬਕ ਪਹਿਲੇ 24 ਘੰਟਿਆਂ ਵਿੱਚ 7624 ਮਰੀਜ਼ਾਂ করোনা ਤੋਂ ਠੀਕ ਹੋਏ ਨੇ ਤੇ ਐਕਟਿਵ ਕੇਸ ਹੁਣ ਵਾਧ ਕੇ 58215 ਹੋ ਗਏ ਨੇ ਕਾਂਗਰਸ ਦੇ 30 ਲੀਡਰ ਵੇਜੀਲੈਸ ਦੇ ਨਿਸ਼ਾਨੇ ਤੇ ਕੈਪਟਨ ਰਾਜਵਾਲੇ ਹੋਈਆਂ ਬੇਨਿਯਮੀਆਂ ਦੀ ਹੋ ਰਹੀ ਪੜਤਾਲ ਕਾਂਗਰਸ ਦੇ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਸਣੇ ਕਈ ਲੀਡਰਾਂ ਉੱਪਰ ਵਿਜੀਲੈਂਸ ਦੀ ਕਾਰਵਾਈ ਹੋ ਸਕਦੀ ਹੈ ਪਿਛਲੀ ਕਾਂਗਰਸ ਸਰਕਾਰ ਵੇਲੇ ਹੋਈਆਂ ਕੁਝ ਬੇਨਿਯਮੀਆਂ ਦੀ ਜਾਂਚ ਵਿੱਚ ਸਾਬਕਾ ਮੰਤਰੀ ਤੇ ਵਿਧਾਇਕ ਘਿਰ ਸਕਦੇ ਨੇ ਇਸ ਦਾ ਖੁਲਾਸਾ ਖੁਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਨਦਰ ਸਿੰਘ ਨੇ ਕੀਤਾ ਸੀ ਉਹਨਾਂ ਦੀ ਸਰਕਾਰ ਵੇਲੇ ਕੁਝ ਪੋਲੀਟਰ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸਨ ਉਹਨਾਂ ਆਰਮੀ ਪਾਰਟੀ ਸਰਕਾਰ ਨੇ ਉਹਨਾਂ ਲੀਡਰਾਂ ਦੇ ਪੋਤੜੇ ਫਰੁੱਲਣੇ ਸ਼ੁਰੂ ਕਰ ਦਿੱਤੇ ਨੇ ਇਹ ਸੂਤਰਾ ਨਹੀਂ ਮੰਨੀ ਇਹ ਤੇ ਤਿਰੰਦਾਜ ਦੇ ਤੋਂ ਵੱਧ ਕਾਗਰਸੀ ਲੀਡਰਾਂ ਜਿੰਨਾਂ ਵਿੱਚ ਸਾਬਕਾ ਮੰਤਰੀ ਅਤੇ ਸਾਬਕਾ ਤੇ ਮੌਜੂਦਾ ਵਿਧਾਇਕ ਤੇ ਹਲਕਿਆਂ ਚਾਰਜ ਸ਼ਾਮਲੇ ਤੇ ਵਿਜੀਲੈਂਸ ਕਾਰਵਾਈ ਹੋ ਸਕਦੀ ਹੈ ਸੂਤਰਾ ਮੁਤਾਬਕ ਵਿਜੀਲੈਂਸ ਵੱਲੋਂ ਜੰਗਲਾਤ ਖੁਰਾਕ ਤੇ ਸਿਵਲ ਸਪਲਾਈ ਪਾਰਕ ਟਰਾਂਸਪੋਰਟ ਦਿਹਾਤੀ ਪਵਿਕਾਸ ਤੇ ਪੰਚਾਇਤ ਲੋਕ ਨਿਰਮਾਣ ਸਿੰਚਾਈ ਮਾਈਨਿੰਗ ਅਤੇ ਸਿਹਤ ਅਤੇ ਪਰਿਵਾਰ ਭਲਾਈ ਆਦਿ ਵਿਭਾਗਾਂ ਵਿੱਚ ਕਾਗਰਸ ਸਰਕਾਰ ਸਮੇਂ ਹੋਈਆਂ ਵਿੱਤੀ ਬੇਨਿਆਮੀਆਂ ਬਾਰੇ ਪੜਤਾਲ ਕੀਤੀ ਜਾ ਰਹੀ ਹੈ ਸੂਤਰਾਂ ਮੁਤਾਬਕ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਕਾਂਗਰਸ ਸਰਕਾਰ ਸਮੇਂ ਹੋਈਆਂ ਵਿੱਤੀ ਬੇਨਿਯਮੀਆਂ ਨੂੰ ਖੋਖਣ ਤੇ ਕਾਰਵਾਈ ਕਰਨ ਦੀ ਹਦਾਇਤਾਂ ਦਿੱਤੀਆਂ ਨੇ ਵਿਜੀਲੈਂਸ ਵੱਲੋਂ ਠੋਸ ਜਾਣਕਾਰੀ ਇਕੱਤਰ ਕੀਤੇ ਜਾਣ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸਸਤੇ ਸ਼ਰਾਬ ਅਤੇ ਜਾਤਵਨ ਮੈਰਿਜ ਪ੍ਰੈਸ ਪਰਮਿਟ ਦੀ ਫੀਸ ਹੋਵੇਗੀ 1000 ਰੁਪਏ ਠੇਕੇ ਖੋਲਣ ਦਾ ਸਮਾਂ ਵੀ ਵਧਿਆ। ਪੰਜਾਬ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਜਿਸ ਨਾਲ 40 ਫੀਸਦੀ ਤੋਂ ਵੱਧ ਮਾਲੀਆ ਪੈਦਾ ਹੋਣ ਦੀ ਸੰਭਾਵਨਾ ਹੈ। ਨਵੀਂ ਆਮਦਕਾਰੀ ਨੀਤੀ ਦਾ ਉਦੇਸ਼ ਸਾਲ 2022-23 ਜਿਸ 9647.85 ਕਰੋੜ ਰੁਪਏ ਇਕੱਤਰ ਕਰਨ ਇਸ ਨੀਤੀ ਤੇ ਇਹ ਨੀਤੀ 1 ਜੁਲਾਈ 2022 ਤੋਂ 31 ਮਾਰਚ 2023 ਤੱਕ 9 ਮਹੀਨਿਆਂ ਸਮੇਂ ਲਈ ਲਾਗੂ ਰਹੇਗੀ ਇਸ ਨਾਲ ਪੰਜਾਬ ਚ ਗਵਾਂਡੀ ਸੂਬੇਤ ਹੁੰਦੀ ਸ਼ਰਾਬ ਦੀ ਤਸਕਰੀ ਰੋਕਣ ਵਿੱਚ ਮਦਦ ਮਿਲਣ ਦੀ ਸੰਭਾਵਨਾ ਤੇ ਨਵੀਂ ਆਮਦਕਾਰੀ ਨੀਤੀ ਦਾ ਉਦੇਸ਼ ਸ਼ਰਾਬ ਕਾਰੋਬਾਰ ਲਗੇ ਮਾਫੀਆ ਦੇ ਗੱਠ ਜੋੜ ਨੂੰ ਤੋੜਨਾ ਹੈ ਇਹ ਸ਼ਰਾਬ ਨਰਮਾਤਾ ਤੋਂ ਕਿ ਵਿਕਰੇਤਾ ਤੇ ਪਰਚੂਨ ਵਿਕਰੇਤਾਵਾਂ ਵਿਚਾਲੇ ਇੱਕ ਦੂਜੇ ਨਾਲ ਦੂਰੀ ਬਣੇਗੀ ਨਵੀਂ ਆਫਕਰੀ ਨੀਤੀ ਈ ਟੈਂਡਰਿੰਗ ਤੇ ਨਿਰਪੱਖ ਪਾ ਦਾ ਛਿਟਾ ਨਾਹੀ 177 ਰੁਪਏ ਨੂੰ ਅਲਾਟ ਕਰਕੇ ਸ਼ਰਾਬ ਦੇ ਕਾਰੋਬਾਰ ਦੇ ਅਸਲ ਸਮਰੱਥਾ ਦਾ ਪਤਾ ਲਗਾਉਣਾ ਉਦੇਸ਼ ਅਧਾਰਤ ਕਰਦੀ ਹੈ ਐਕਸਾਈਜ਼ ਅਫਸਰ ਨਵਨੀਤ ਕੁਮਾਰ ਨੇ ਦੱਸਿਆ ਕਿ ਰਾਜ ਵਿੱਚ ਸਭ ਤੋਂ ਵੱਧ ਮੁਕਾਬਲੇ ਵਾਲੀ ਕੀਮਤ ਅਤੇ ਸ਼ਰਾਬ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਡਿਊਟੀ ਪ੍ਰਣਾਲੀ ਨੂੰ ਹੋਰ ਉਦਾਰ ਬਣਾਇਆ ਗਿਆ ਹੈ ਪੀਐਮਐਲ ਨੂੰ ਛੱਡ ਕੇ ਹਰ ਕਿਸਮ ਦੀ ਸ਼ਰਾਬ ਤੇ ਆਪਕੜੀ ਡਿਊਟੀ ਥੋਕ ਕੀਮਤ ਦੇ ਫੀਸਦੀ ਦੇ ਹਿਸਾਬ ਨਾਲ ਵਸੂਲੀ ਜਾਵੇਗੀ ਉਸੇ ਤਰ੍ਹਾਂ ਤੇ ਆਈਐਫਐਲ ਦੀ ਮੁਲਾਂਕਣ ਕੀਤੀ ਗਈ ਫੀਸ ਵੀ ਥੋਕ ਕੀਮਤ ਦੇ 1 ਫੀਸਦੀ ਦੇ ਹਿਸਾਬ ਨਾਲ ਵਸੂਲੀ ਜਾਵੇਗੀ ਅਜਿਹਾ ਕਰਨ ਨਾਲ ਪੀਐਮਐਲ ਅਤੇ ਆਈਐਮਐਫਐਲ ਆਈਐਫਐਲ ਬੀਆਈਈਓ ਬ੍ਰਾਂਚ ਤੇ ਬੀਰ ਦੀਆਂ ਕੀਮਤਾਂ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਤੇ ਸਸਤੀ ਹੋ ਜਾਣੀ ਉਹਨਾਂ ਦੱਸਿਆ ਕਿ ਪੂੰਜੀ ਨਿਵੇਸ਼ ਨੂੰ ਉਤਚਾਹਿਤ ਕਰਨ ਦੇ ਰਾਜ ਵਿੱਚ ਰੋਜ਼ਗਾਰ ਦੀ ਸਮਰੱਥਾ ਵਧਾਉਣ ਲਈ ਨੀਤੀ ਚ ਨਵੇਂ ਡਾਸਟਿਲਰੀ ਲਾਇਸੈਂਸ ਤੇ ਬਰਵਾਰੀ ਲਾਇਸੈਂਸ ਦੀ ਵਿਵਸਥਾ ਕੀਤੀ ਗਈ ਹੈ ਮੌਸਮ ਭਾਗ ਵਾਲਾ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਭਾਰੀ ਮੀਂਹ ਦੀ ਚੇਤਾਵਨੀ ਕਹਿਰ ਭਰੌਦੀ ਗਰਮੀ ਤੋਂ ਹੁਣ ਲੋਕਾਂ ਨੂੰ ਛੇਤੀ ਹੀ ਰਾਹਤ ਮਿਲ ਸਕਦੀ ਹੈ ਮੌਸਮ ਭਾਗ ਦੇ ਮਹਰਾਨੀ ਜੋ ਜਾਣਕਾਰੀ ਸਾਂਝੀ ਕੀਤੀ ਉਸ ਅਮਦਾ ਕੋ ਬਠਿੰਡਾ ਤੇ ਇਸ ਦੇ ਨੇੜਲੇ ਖੇਤਰਾਂ ਚ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਪਵੇਗਾ ਮਹਰਾਨੀ 40 mm ਤੱਕ ਮੀਂਹ ਪੈਣ ਦੀ پیشن گوئی ਕੀਤੀ ਹੈ ਤੇ ਮੌਸਮ ਵਿਗਿਆਨੀ ਡਾਕਟਰ ਜਗਦੇਸ਼ ਗਰੋਵਰ ਨੇ ਦੱਸਿਆ ਕਿ ਗਰਮੀ ਕਾਰਨ ਖੁਸ਼ਕ ਹੋਏ ਮੌਸਮ ਵਿੱਚ ਜਿੱਥੇ ਨਰਮੇ ਨੂੰ ਚਿੱਟਾ ਮੱਛਰ ਪੈ ਰਹੇ ਤੇ ਹਿਸਾਬ ਦੀਆਂ ਆੜ ਵੀ ਤਬਾਹ ਹੋਣ ਲੱਗੀਆਂ ਨੇ ਹੁਣ ਜਦੋਂ ਮੀਂਹ ਦੀ ਆਮਦ ਆਉਣ ਵਾਲੇ ਦਿਨਾਂ ਵਿੱਚ ਹੋਣੀ ਹੈ ਤਾਂ ਫਸਲਾਂ ਨੂੰ ਵੀ ਹੁਲਾਰਾ ਮਿਲੇਗਾ ਤੇ ਮਨੁੱਖੀ ਜਾਨ ਜੀਵਨ ਵੀ ਗਰਮੀ ਤੋਂ ਰਾਹਤ ਮਿਲੇਗੀ ਅਤੇ ਮਾਹਰਾਂ ਮੁਤਾਬਕ ਮੀਂਹ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਦੱਸਣ ਜਾਊਗਾ ਕਿ ਬਠਿੰਡਾ ਖੇਤਰ 'ਚ ਗਰਮੀ ਦੇ ਕਹਿਰ ਕਾਰਨ ਬੇਸਹਾਰਾ ਲੋਕਾਂ ਦਾ ਜੋਨਾ ਦੁਪਰ ਹੋਇਆ ਪਿਆ ਗਰਮੀ ਕਾਰਨ ਮੌਸਮੀ ਬਿਮਾਰੀ ਦਾ ਵੀ ਕਾਫੀ ਵਾਧਾ ਹੋਇਆ ਹੈ ਬੱਚੇ ਤੇ ਬਜ਼ੁਰਗ ਗਰਮੀ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਨੇ ਸਭ ਨੂੰ ਮੀਂਹ ਦੀ ਡੀਕਾ ਜੋ ਹੁਣ ਅੱਜ ਕੱਲ ਵਿੱਚ ਪੂਰੀ ਹੋਣ ਦੀ ਸੰਭਾਵਨਾ ਹੈ ਜੀਓ ਨੇ ਗਾਹਕਾਂ ਦਿੱਤਾ ਝਾੜਕਾ 20% ਤੱਕ ਮਹਿੰਗੇ ਕੀਤੇ ਪਲਾਨ ਜਾਣੋ ਨਵੀਆਂ ਕੀਮਤਾਂ ਅੱਜ ਦੀ ਲਾਸਟ ਖਬਰ ਹੈ ਜੀ ਕਿ ਜੀਓ ਨੇ ਇੱਕ ਵਾਰ ਫਿਰ ਤੋਂ ਆਪਣੇ ਗਾਹਕਾਂ ਨੂੰ ਝਾੜਕਾ ਦਿੰਦੇ ਹੋਏ ਦੋ ਦੋ ਹੋਰ ਪ੍ਰੀਪੇਡ ਪਲਾਨ ਵੀ ਮਹਿੰਗੇ ਕਰ ਦਿੱਤੇ ਨੇ ਕੰਪਨੀ ਨੇ ਜੀਓ ਫੋਨ ਗਾਹਕਾਂ ਨੂੰ ਮਿਲਣ ਵਾਲੇ ਇੰਟਰੋਡਕਟਰੀ ਆਫਰ ਨੂੰ ਬੰਦ ਕਰ ਦਿੱਤਾ ਹੈ ਟੈਲੀਕਮ ਕੰਪਨੀ ਨੇ ਆਪਣੇ ਪਲਾਨਾਂ ਦੀ ਕੀਮਤ 'ਤੇ 20% ਦਾ ਵਾਅਦਾ ਕੀਤਾ ਹੈ ਇਸ ਤੋਂ ਪਹਿਲਾਂ ਬ੍ਰਾਂਡ ਨੇ 759 ਰੁਪਏ 'ਚ ਆਉਣ ਵਾਲੇ Jio ਫੋਨ ਪਲਾਨ ਨੂੰ ਬੰਦ ਕਰ ਦਿੱਤਾ ਸੀ ਇਸ ਦੀ ਥਾਂ ਨਵਾਂ ਪਲਾਨ ਜਾਰੀ ਕੀਤਾ ਜੋ ਕੀਮਤ ਵਿੱਚ ਜ਼ਿਆਦਾ ਅਤੇ ਫਾਇਦੇ ਪਹਿਲਾਂ ਵਾਲੇ ਪਲਾਨ ਨਾਲੋਂ ਘੱਟ ਹਨ ਕੰਪਨੀ ਦੀ ਮੰਨੀ ਹੈ ਤਾਂ ਇਹ ਸਾਰੇ ਪਲਾਨ ਇੰਟਰੋਡਕਟਰੀ ਆਫਰ ਸਨ ਜੋ ਹੁਣ ਖਤਮ ਹੋ ਗਏ ਨੇ Jio ਫੋਨ ਦਾ 155 ਰੁਪਏ 'ਚ ਆਉਣ ਵਾਲਾ ਰੀਚਾਰਜ ਹੁਣ 186 ਰੁਪਏ ਦਾ ਹੋ ਗਿਆ ਹੈ ਇਸ ਪਲਾਨ ਵਿੱਚ ਗਾਕਰ ਨੂੰ 28 ਦਿਨਾਂ ਦੀ ਮਿਆਦ ਮਿਲੇਗੀ ਉੱਥੇ ਹੀ 185 ਰੁਪਏ ਦਾ ਪਲਾਨ ਹੁਣ 222 ਰੁਪਏ ਦਾ ਹੋ ਗਿਆ ਇਸ ਪਲਾਨ ਵਿੱਚ ਵੀ ਗਾਕਰ ਨੂੰ 28 ਦਿਨਾਂ ਦੀ ਹੀ ਮਿਆਦ ਮਿਲੇਗੀ ਹਾਲ ਹੀ ਵਿੱਚ ਕੰਪਨੀ ਨੇ 749 ਰੁਪਏ ਦਾ ਪਲਾਨ ਦੀ ਕੀਮਤ 899 ਰੁਪਏ ਕਰ ਦਿੱਤੀ ਹੈ ਇਸੇ ਤਰ੍ਹਾਂ ਜਿਹੜੇ Jio ਨੇ ਸਾਰੇ ਪਲਾਨ ਜਿਹੜੇ 20% ਤੱਕ ਵਧਾ ਦਿੱਤੇ ਨੇ ਤਾਂ ਦੋਸਤੋ ਇਹ ਸੀ ਗਿਆ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਤਰੀਨਾ ਵਰਦੀਆਂ ਖਬਰਾਂ ਦੋਸਤੋ ਜੇ ਸਾਡੇ ਦੋੜਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਆਪਣੇ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਅਸੇ ਦਿਨਾਂ ਤੱਕ ਸ਼ੇਅਰ ਜਰ ਕਰਨਾ ਤੇ ਦੋਸਤੋ ਅਸੀਂ ਮਿਲਦੇ ਹਾਂ ਜੀ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ